ਸਤਿ ਸ਼੍ਰੀ ਅਕਾਲ ਅਜੀਤ ਵੈਬ ਟੀਵੀ ਦੇਖ ਰਹੀ ਸਾਰੀ ਦਰਸ਼ਕਾਂ ਦਾ ਮੈਂ ਤਰਨਜੀਤ ਕੌਰ ਅਜੀਤ ਖਬਰਾਂ ਦੇ ਇਸ ਬੁਲੇਟਿਨ ਦੇ ਵਿੱਚ ਨਿੱਘਾ ਸਵਾਗਤ ਕਰਦੀ ਹਾਂ। ਆਓ ਸਭ ਤੋਂ ਪਹਿਲਾਂ ਨਜ਼ਰ ਮਾਰਦੇ ਹਾਂ ਅੱਜ ਦੀਆਂ ਚੋਣਵੀਆਂ ਖਬਰਾਂ ਤੇ। ਗੁਰਦਾਸਪੁਰ ਲੋਕ ਸਭਾ ਜ਼ਿਮਨੀ ਚੋਣ ਦੀ ਤਿਆਰੀ ਮੁਕੰਮਲ, ਕੱਲ 15 ਲੱਖ ਵੋਟਰ ਕਰਨਗੇ 11 ਉਮੀਦਵਾਰਾਂ ਦੀ ਕਿਸਮਤ ਦਾ ਫੈਸਲਾ। ਵਿਜੇ ਸਾਂਪਲਾ ਨੇ ਆਦਮਪੁਰ ਹਵਾਈ ਅੱਡੇ ਦੀਆਂ ਤਿਆਰੀਆਂ ਦਾ ਲਿਆ ਜਾਇਜ਼ਾ, 1 ਨਵੰਬਰ ਨੂੰ ਪੰਜਾਬ ਡੇ ਤੇ ਹੋਵੇਗੀ ਪਹਿਲੀ ਉਡਾਨ। ਪਟਿਆਲਾ ਵਿੱਚ ਟਰੱਕ ਡਰਾਈਵਰਾਂ ਦੀ ਬ੍ਰੇਕ ਨਾਲ ਲੱਗਿਆ 2000 ਕਰੋੜ ਦਾ ਝਟਕਾ, ਦੀਵਾਲੀ ਤੋਂ ਬਾਅਦ ਸੰਘਰਸ਼ ਤੇਜ਼ ਕਰਨ ਦੀ ਦਿੱਤੀ ਚੇਤਾਵਨੀ। ਕਾਂਗਰਸ ਦੇ ਗੜ ਅਮੇਠੀ ਪੁੱਜੇ ਅਮਿਤ ਸ਼ਾਹ ਨੇ ਕੀਤੇ ਰਾਹੁਲ ਤੇ ਵਾਰ, ਕਿਹਾ ਕਾਂਗਰਸ ਨੇ ਦੇਸ਼ ਤੇ 70 ਸਾਲ ਰਾਜ ਤਾਂ ਕੀਤਾ ਪਰ ਵਿਕਾਸ ਨਹੀਂ। ਤੇ ਉੱਤਰ ਪ੍ਰਦੇਸ਼ ਦੇ ਸ਼ਾਮਲੀ ਸ਼ਹਿਰ ਵਿੱਚ ਜ਼ਹਿਰੀਲੀ ਗੈਸ ਚੜ੍ਹਨ ਨਾਲ 300 ਬੱਚੇ ਬਿਮਾਰ, ਮੁੱਖ ਮੰਤਰੀ ਯੋਗੀ ਨੇ ਦਿੱਤੇ ਜਾਂਚ ਦੇ ਆਦੇਸ਼। ਤੇ ਹੁਣ ਖਬਰਾਂ ਵਿਸਥਾਰ ਨਾਲ। ਗੁਰਦਾਸਪੁਰ ਲੋਕ ਸਭਾ ਜ਼ਿਮਨੀ ਚੋਣ ਦੀਆਂ ਤਿਆਰੀਆਂ ਪ੍ਰਸ਼ਾਸਨ ਵੱਲੋਂ ਮੁਕੰਮਲ ਕਰ ਲਈਆਂ ਗਈਆਂ ਹਨ। ਕੱਲ 11 ਉਮੀਦਵਾਰਾਂ ਦੀ ਕਿਸਮਤ ਦਾ ਫੈਸਲਾ ਈਵੀਐਮ ਮਸ਼ੀਨਾਂ ਵਿੱਚ ਬੰਦ ਹੋ ਜਾਵੇਗਾ। ਜ਼ਿਮਨੀ ਚੋਣ ਵਿੱਚ 15,17,436 ਵੋਟਰ ਆਪਣੇ ਹੱਕ ਦਾ ਇਸਤੇਮਾਲ ਕਰਨਗੇ। ਜ਼ਿਲ੍ਹੇ ਵਿੱਚ ਕੁੱਲ 1781 ਪੋਲਿੰਗ ਸਟੇਸ਼ਨ ਹਨ। ਵੋਟਾਂ ਦਾ ਕੰਮ ਸੁਚਾਰੂ ਢੰਗ ਨਾਲ ਨੇਪਰੇ ਚਾੜਨ ਲਈ ਚੋਣ ਪ੍ਰਕਿਰਿਆ ਵਿੱਚ ਕਰੀਬ 8500 ਪੋਲਿੰਗ ਸਟਾਫ ਤੇ 10,000 ਪੁਲਿਸ ਤੇ ਪੈਰਾਮਿਲਟਰੀ ਫੋਰਸ ਲਗਾਈ ਗਈ ਏ। ਗੁਰਦਾਸਪੁਰ ਲੋਕ ਸਭਾ ਜ਼ਿਮਨੀ ਚੋਣ ਲਈ ਸਾਰੇ ਵਿਧਾਨ ਸਭਾ ਹਲਕਿਆਂ ਵਿੱਚ ਈਵੀਐਮ ਵੀਵੀਪੈਟ ਮਸ਼ੀਨ ਦੀ ਵਰਤੋਂ ਹੋ ਰਹੀ ਹੈ। ਵੋਟਾਂ ਦੀ ਗਿਣਤੀ 15 ਅਕਤੂਬਰ ਨੂੰ ਹੋਵੇਗੀ। ਸਾਰੀਆਂ ਤਿਆਰੀਆਂ ਮੁਕੰਮਲ ਵਧੀਆ ਤਰੀਕੇ ਨਾਲ ਹੋ ਰਹੀਆਂ, ਤੁਸੀਂ ਦੇਖ ਹੀ ਰਹੇ ਹੋ। ਗਰਾਊਂਡ 'ਚ ਤੋਂ ਸਮਾਨ ਦਿੱਤਾ ਜਾ ਰਿਹਾ ਉਹਨਾਂ ਨੂੰ ਪੋਲਿੰਗ ਸਟੇਸ਼ਨਾਂ 'ਤੇ ਪਹੁੰਚਾਉਣ ਲਈ। ਅੱਜ ਸ਼ਾਮ ਨੂੰ ਜਾ ਕੇ ਉਹਨਾਂ ਨੂੰ ਪੋਲਿੰਗ ਸਟੇਸ਼ਨਾਂ 'ਤੇ ਪੁਖਤਾ ਇੰਤਜ਼ਾਮ ਨੇ, ਰਿਹਾਇਸ਼ ਦਾ, ਪਾਣੀ ਦਾ, ਹਰ ਕਿਸਮ ਦਾ। ਤੋ ਉਹ ਉੱਥੇ ਜਾ ਕੇ ਸ਼ਾਮ ਨੂੰ ਅੱਜ ਪਾਰਟੀਆਂ ਆਪਣੀਆਂ ਪੋਲਿੰਗ ਬੂਥ ਸੈੱਟ ਕਰਨਗੀਆਂ ਅਤੇ ਸੁਬਹਾ 7 ਵਜੇ ਮੋਕ ਪੋਲ ਕਰਾ ਕੇ ਆਪਣਾ ਲੋਕਾਂ ਨੂੰ ਜੋ ਵੀਵੀਪੈਟ ਹੈ ਉਸ ਨਾਲ ਹੋ ਰਹੀ ਹੈ। ਉਹਦੇ 'ਚ 50 ਵੋਟਾਂ ਮੋਕ ਪੋਲ ਕਰਾਉਣੀਆਂ ਹੁੰਦੀਆਂ, ਉਹ ਦਿਖਾ ਕੇ ਟ੍ਰੇਨਿੰਗ ਬਹੁਤ ਬੜੀ ਐਕਸਟੈਂਸਿਵ ਦਿੱਤੀ ਹੈ। ਅਤੇ ਮਾਸਟਰ ਟ੍ਰੇਨਰਸ ਤੋਂ ਇਲਾਵਾ ਇਸ ਵਾਰੀ ਅਸੀਂ ਜਿਹੜੇ ਸੁਪਰਵਾਈਜ਼ਰ ਨੇ ਉਹ ਵੀ ਪੂਰੀ ਤਰ੍ਹਾਂ ਟ੍ਰੇਨਡ ਕੀਤੇ ਨੇ ਅਤੇ ਸੁਪਰਵਾਈਜ਼ਰ ਤੋਂ ਹੀ ਮਸ਼ੀਨਾਂ ਦੀ ਤਿਆਰੀ ਕਰਵਾਈ ਹੈ ਤਾਂ ਕਿ ਕਿਸੇ ਕਿਸਮ ਦੀ ਜੇ ਕੋਈ ਦਿੱਕਤ ਆਉਂਦੀ ਹੈ। ਬਾਕੀ ਮੌਕੇ 'ਤੇ ਇੰਜੀਨੀਅਰਸ ਵੀ ਸਾਡੇ ਮੌਜੂਦ ਹੋਣਗੇ, ਹਲਕੇ 'ਚ 2 ਇੰਜੀਨੀਅਰ ਮਿਲੇ ਨੇ। ਅਤੇ ਵੈਸੇ ਤਾਂ ਸੁਪਰਵਾਈਜ਼ਰਸ ਨੂੰ ਇੰਨੀ ਟ੍ਰੇਨਿੰਗ ਦਿੱਤੀ ਹੈ ਕਿ ਉਹਦੀ ਲੋੜ ਨਹੀਂ ਪੈਣੀ, ਪਰ ਫਿਰ ਵੀ ਜੇ ਕਿਤੇ ਲੋੜ ਪੈਂਦੀ ਹੈ ਤਾਂ ਇੰਜੀਨੀਅਰ ਸਾਡੇ ਅਤੇ ਮਾਸਟਰ ਟ੍ਰੇਨਰ ਹਾਜ਼ਰ ਰਹਿਣਗੇ, ਉਸ ਮੋਬਾਈਲ ਹੋਣਗੇ, ਜਿੱਥੋਂ ਕਿਤੇ ਲੋੜ ਪਏਗੀ ਉੱਥੇ ਪਹੁੰਚ ਜਾਣਗੇ। ਜਲੰਧਰ ਦੇ ਆਦਮਪੁਰ ਹਵਾਈ ਅੱਡੇ ਤੋਂ ਪਹਿਲੀ ਉਡਾਣ 1 ਨਵੰਬਰ ਤੋਂ ਪੰਜਾਬ ਡੇ ਤੇ ਸ਼ੁਰੂ ਹੋਵੇਗੀ। ਇਸ ਗੱਲ ਦੀ ਜਾਣਕਾਰੀ ਅੱਜ ਕੇਂਦਰੀ ਰਾਜ ਮੰਤਰੀ ਅਤੇ ਭਾਜਪਾ ਪ੍ਰਧਾਨ ਵਿਜੇ ਸਾਂਪਲਾ ਨੇ ਦਿੱਤੀ। ਵਿਜੇ ਸਾਂਪਲਾ ਨੇ ਹਵਾਈ ਅੱਡੇ ਦੀਆਂ ਤਿਆਰੀਆਂ ਦਾ ਜਾਇਜ਼ਾ ਲਿਆ ਤੇ ਸਬੰਧਿਤ ਵਿਭਾਗਾਂ ਨਾਲ ਮੀਟਿੰਗ ਕੀਤੀ। ਉਨ੍ਹਾਂ ਦੱਸਿਆ ਕਿ ਹਵਾਈ ਅੱਡੇ ਦੀਆਂ ਤਿਆਰੀਆਂ ਦਾ ਕੰਮ ਲਗਭਗ ਪੂਰਾ ਹੋ ਚੁੱਕਿਆ ਏ ਅਤੇ ਬਚਿਆ ਕੰਮ 14 ਤਰੀਕ ਤੱਕ ਪੂਰਾ ਹੋ ਜਾਵੇਗਾ। ਇਸ ਸਮੇਂ ਸਾਂਪਲਾ ਨੇ ਕਿਹਾ ਕਿ ਹਵਾਈ ਅੱਡੇ ਨਾਮ ਬਾਰੇ ਕੋਈ ਫੈਸਲਾ ਨਹੀਂ ਲਿਆ ਗਿਆ। आज जलंधर के आदमपुर एयरपोर्ट की समीक्षा के लिए आज बैठक थी और संबंधित सभी विभागों को बुलाया गया था, जिसमें एयरलाइंस, रोड के कॉन्ट्रैक्टर और एयरफोर्स सभी अधिकारी बुलाए गए थे। और उन सभी ने आज समीक्षा हुई है और आश्वासन दिया है कि अभी ये 14 तारीख तक तकरीबन कंप्लीट कर देंगे। 15 तारीख को रेडी टू फ्लाई होगा और 19 के आसपास हम बुकिंग शुरू करेंगे और पंजाब डे पे एक अटेंटिवली एक डेट बनी है कि पंजाब डे पे हम इसका 1 नवंबर को यहाँ से फ्लाइट शुरू। ਟਰੱਕ ਯੂਨੀਅਨਾਂ ਨੇ GST ਤੇ ਡੀਜ਼ਲ ਦੇ ਵੱਧ ਰਹੇ ਰੇਟ ਕਾਰਨ ਹੋ ਰਹੇ ਨੁਕਸਾਨ ਨੂੰ ਲੈ ਕੇ ਦੇਸ਼ ਭਰ ਵਿੱਚ 2 ਦਿਨਾਂ ਹੜਤਾਲ ਕੀਤੀ ਹੋਈ ਏ। ਅੱਜ ਦੂਜੇ ਦਿਨ ਵੀ ਹੜਤਾਲ ਦਾ ਵਿਆਪਕ ਅਸਰ ਦੇਖਣ ਨੂੰ ਮਿਲਿਆ। ਪਟਿਆਲਾ ਵਿੱਚ ਟਰੱਕ ਡਰਾਈਵਰਾਂ ਦੀ ਜਥੇਬੰਦੀ ਆਲ ਪੰਜਾਬ ਟਰੱਕ ਯੂਨੀਅਨ ਦੇ ਆਗੂ ਨੇ ਦੱਸਿਆ ਕਿ GST, ਡੀਜ਼ਲ ਦੇ ਵੱਧ ਰਹੇ ਰੇਟ ਤੇ ਸੜਕਾਂ ਤੇ ਟੋਲ ਤੋਂ ਤੰਗ ਆ ਕੇ 2 ਰੋਜ਼ਾ ਹੜਤਾਲ ਕੀਤੀ ਏ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਜੇ ਕੋਰੋਨਾ ਦੀਆਂ ਸਮੱਸਿਆਵਾਂ ਵੱਲ ਧਿਆਨ ਨਹੀਂ ਦਿੱਤਾ ਜਾਂਦਾ ਤਾਂ ਦੀਵਾਲੀ ਤੋਂ ਬਾਅਦ ਸੰਘਰਸ਼ ਤੇਜ਼ ਕੀਤਾ ਜਾਵੇਗਾ। ਮੰਨਿਆ ਜਾ ਰਿਹਾ ਹੈ ਕਿ ਹੜਤਾਲ ਕਾਰਨ ਹੁਣ ਤੱਕ ਲਗਭਗ 2000 ਕਰੋੜ ਰੁਪਏ ਦਾ ਨੁਕਸਾਨ ਹੋਇਆ ਏ। ਮੰਗਾਂ ਤਾਂ ਸਾਡੀਆਂ, ਇਹ ਜਿਹੜਾ ਹੜਤਾਲ ਹੈ ਦਰਅਸਲ ਇਹ ਆਲ ਇੰਡੀਆ ਮੋਟਰ ਕਾਂਗਰਸ ਵੱਲੋਂ ਸਰਦਾਰ ਸਾਡੇ ਅਟਵਾਲ ਸਾਹਿਬ ਨੇ, ਪ੍ਰਧਾਨ ਨੇ ਜਿਹੜੇ, ਉਹਨਾਂ ਵੱਲੋਂ ਹੈ। ਇੱਕ ਤਾਂ ਪੁਰਾਣੀਆਂ ਗੱਡੀਆਂ ਦੀ ਸੇਲ ਪਰਚੇਜ਼ 'ਤੇ ਇਹਨਾਂ ਨੇ GST ਲਾਤਾ, ਇੱਕ ਡੀਜ਼ਲ ਟੋਲ ਟੈਕਸ ਅਤੇ ਹੋਰ ਹਰ ਇੱਕ ਚੀਜ਼ 'ਚ ਬੇਹਤਾਸ਼ਾ ਵਾਧਾ ਹੋ ਰਿਹਾ ਹੈ। ਜਦੋਂ ਕਿ ਤੇਲ ਦੇ ਰੇਟ ਇਸ ਟਾਈਮ $45-55 'ਤੇ ਨੇ ਜੀ, ਅਤੇ ਤੇਲ ਮਿਲ ਰਿਹਾ ਆਪਾਂ ਨੂੰ ₹57, ਬਹੁਤ ਜ਼ਿਆਦਾ ਮਹਿੰਗਾਈ ਇਹਨਾਂ ਨੇ ਕਿਸੇ ਵੀ ਚੀਜ਼ 'ਤੇ। ਪੁਰਾਣੀ ਗੱਡੀ ਸੇਲ ਪਰਚੇਜ ਅਸੀਂ ਅਗਰ 10 ਲੱਖ ਦੀ ਗੱਡੀ ਵੇਚਦੇ ਹਾਂ ਪੁਰਾਣੀ, ਤਾਂ ਉਹਦਾ ਰੁਪਿਆ 2,80,000 ਸਾਨੂੰ TDS ਦੇਣਾ ਪਊਗਾ ਸਰਕਾਰ ਨੂੰ। ਦੱਸੋ ਜੀ ਅਸੀਂ ਕਿੱਥੋਂ ਦੇਵਾਂਗੇ। ਜੇ ਆਪਾਂ ਇਕੱਲੇ ਜ਼ਿਲ੍ਹਾ ਪਟਿਆਲੇ ਦੀ ਗੱਲ ਕਰਦੇ ਹਾਂ ਤਾਂ 5,000 ਟਰੱਕ ਸਟ੍ਰਾਈਕ 'ਤੇ ਹੈ। ਆਲ ਓਵਰ ਇੰਡੀਆ 'ਚ
93 लाख ट्रक आल इंडिया वो सारे स्ट्राइक दिन है। अगर साड़ी 150 करोड़ रुपया जो कणक के लंघे हुए सीजन की अदायगी नहीं होंगी तो 14 तरीक तो असी अणमिथे समय लिए स्ट्राइक पर चले जावे। कांग्रेस के गढ़ अमेठी विच भाजपा प्रधान अमित शाह ने राहुल गांधी से जम के हल्ला बोलिया। उन्होंने कहा कि देश में 70 साल तक गांधी घराने ने राज किया पर देश का विकास नहीं किया। अमित शाह ने कहा कि वह 35 साल तो जनतक जीवन में सन पर उन्होंने अजिहा कदी भी नहीं देखा कि जितया होया उम्मीदवार अमेठी ना आए तो हारन वाली उम्मीदवार अमेठी न गले लगा के काम कर रही है। उन्होंने कहा कि अमेठी की जनता के धनवादी हैं कि अमेठी की पंध में 4 सीटा भारतीय जनता पार्टी ने जीतिया। उत्तर प्रदेश के शामली विच एक खंड मिल विचों जहरीली गैस के रिसाव नाल 300 के लगभग स्कूली बच्चे बीमार हो गए। इन्हां विचों 30 की हालत गंभीर दसी जा रही है। बीमार बच्चों को सहारनपुर के जिला हस्पताल विच पहुंचाया गया है। मुख्यमंत्री योगी आदित्यनाथ ने खंड मिल विचों गैस रिसाव के मामले की जांच के आदेश दे दिए हैं। इसकी जांच सहारनपुर के कमिश्नर करेंगे। जानकारी मुताबिक शामली के बुडाना मार्ग स्थित निजी स्कूल सरस्वती शिशु मंदिर विच अचानक कई बच्चों की हालत विगड़न लगी। लोगों मुताबिक खंड मिल के कामियां वालों सड़क किनारे पई रहिंद खूंद ते कैमिकल पाया क्या जिस तो पैदा हुई गैस नाल बच्चे बीमार हो गए। मुझे अभी अभी यहाँ के प्रिंसिपल ने सूचना दी है कि कुछ बच्चों का जो है मतली सी आ रही है बच्चों को। उन्होंने बताया था उसका कारण शायद इसके नजदीक जो है चीनी मिल है वहां से कोई गैस का रिसाव हुआ है। जो बच्चे जो कुछ बच्चों को मतली आई उनको जो है हॉस्पिटल में एडमिट करवाया गया। बाकी सब ठीक है, कोई ऐसा नहीं है। हमने छुट्टी के लिए बच्चों को कह दिया है। सोनीपत अदालत ने 1996 सोनीपत बम धमाका मामले विच दोषी अब्दुल करीम टुंडा नूं उम्र कैद की सजा सुनाई है। जिला ते सैशन जज डॉक्टर सुशील गर्ग ने अब्दुल करीम टुंडा नूं सोनीपत विच होए बम धमाके विच सजा का ऐलान किया। अदालत ने धमाका खेज पदार्थ एक्ट तहत टुंडा नूं भारी जुर्माना भी लगाया है। कोर्ट ने 307 120 BIPC में उम्र कैद की सजा और 50,000 रुपये जुर्माना और सेक्शन 3 एक्सप्लोसिव सब्सटेंस एक्ट में उम्र कैद और 50,000 रुपये जुर्माना घोषित किया है। और जज साहब ने अपने आदेश में ये किया कि आपने ये मानवता के खिलाफ ये काम किया है, आपको ऐसे काम नहीं करने चाहिए थे। गाजियाबाद उसने ये रिक्वेस्ट करी थी कि मेरे इलाज वहाँ पे चल रहा है, मैं बीमार रहता हूँ, मेरे 8 केसेस जो है डिफरेंट पार्ट्स ऑफ इंडिया में चल रहे हैं, मेरे को वहीं पे रखा जाए। तो माननीय अदालत ने उसकी रिक्वेस्ट को मंजूर करते हुए वहाँ पे सुचा सिंह लंगाह नूं गुरदासपुर अदालत ने मुड़ 3 दिन दे पुलिस रिमांड ते भेज दिता है। एक दिन दा रिमांड खत्म होने उपरंत अज लंगाह नूं दोबारा अदालत विच पेश कीता गया सी। पुलिस वल्लों 7 दिन दा पुलिस रिमांड मंगया गया सी, जिस ते माणयोग अदालत ने सुचा सिंह लंगाह नूं 3 दिन दे पुलिस रिमांड ते भेज दिता। अज असीं इसदा सुचा सिंह लंगाह नूं जिहड़ा उहनां दे खिलाफ 376 दा केस रजिस्टर होया होया उहदे च असीं माणयोग कोर्ट च उहनां नूं लै के आए सी, क्योंकि साडी इन्वेस्टिगेशन अजे चल रही है। असीं कई चीज़ां अजे बरामद करनिया ने तो साड़ी इन्वेस्टिगेशन चल रही है। असी कोर्ट तो 7 दिन का पुलिस रिमांड की डिमांड की सी। कोर्ट ने साड़ी डिमांड नूं मानदे हुए सानू 3 दिन का पुलिस रिमांड। देखो जो प्रोसैस साड़ा इन्वेस्टिगेशन का वह मैं तुहानू नहीं डिस्कलोज कर सकता। ये असी फाइनली जो असी कोर्ट से 173 की रिपोर्ट सबमिट करांगे ये सारा उदो डिस्कलोज करा। कार असी कल कार की डिमांड की कार इन्होंने कल वारसा ने कोर्ट सरेंडर करती सी, रिकवर कर ली है। बट होर कई चीजा साडियां रहदियां जिहड़ियां साडी इन्वेस्टिगेशन दे विच आ रही हैं। डेरा प्रमुख राम रहीम की मूह बोली बेटी हनीप्रीत का रिमांड खत्म होने बाद अज हनीप्रीत ते उसकी साथी सुखदीप कौर नूं पंचकुला अदालत विच पेश किया गया। हनीप्रीत की जांच विच सहयोग न करने की पुलिस की दलील नूं स्वीकार करदिआं अदालत ने दोवां नूं मुड़ तो 3 दिन के पुलिस रिमांड ते भेज दिता है। हालांकि पुलिस ने अदालत तो हनीप्रीत का 9 दिन लई होर रिमांड मंगिया सी। आज हनीप्रीत जी को पुलिस के रिमांड के बाद पिछले 7 दिन से हनीप्रीत पुलिस के पास ही थी और आज पुलिस ने कहा कि हमें 9 दिन का और रिमांड चाहिए, पुलिस रिमांड चाहिए। और उन्होंने कहा भी हमने इनको यहाँ लेके जाना, वहाँ लेके जाने, कई जगह उन्होंने बताई, दूसरी स्टेट्स की भी बताई। तो हम और कहा कि 9 दिन का पुलिस रिमांड चाहिए, हमने उस बात को अपोज किया। हमने कहा कि पुलिस इस तरह से तो हमेशा, पिछली बार भी इन्होंने लिखा था कि हमने वहां जाना कहीं पे लेके गए, आप पूछिए इनसे। तो ये तो पुलिस केवल रिमांड लेने के पर्पज से और ये एप्लीकेशन दे रही है पुलिस रिमांड के लिए, इसकी अदरवाइज तो पुलिस रिमांड की कोई जरूरत नहीं है। क्योंकि फैक्ट्स जो ये बता रहे हैं, मोबाइल की रिकवरी पहले कह रहे थे, मोबाइल की रिकवरी अब कर रहे हैं, और लेडी का 6 दिन का पुलिस रिमांड ये पहले बहुत ज्यादा था। तो हमने माननीय अदालत को रिक्वेस्ट की कि आप इनका पुलिस रिमांड मत दे और इसको जुडिशियल में भेजें।
पर उन्होंने 9 दिन का पुलिस रिमांड मांगा था, तो कोर्ट ने फिर हमारी रिक्वेस्ट पे और हमारी आर्ग्यूमेंट के बाद और पुलिस स्टेट की आर्ग्यूमेंट सुनने के बाद कोर्ट ने कहा भी 3 दिन का पुलिस रिमांड मैं दे रहा हूँ। आम आदमी पार्टी पंजाब दे प्रधान ते मैंबर पार्लीमेंट भगवंत मान ने झोने दी पराली दे मुद्दे लई पंजाब ते केंद्र सरकार नूं जिम्मेवार ठहराया है। चंडीगढ़ विच जारी बयान राही भगवंत मान ने कहा कि सरकारां अपनी जिम्मेवारी तों भज रहीआं हन, उह पहलां ही आर्थिक संकट दा शिकार किसानां उप्पर डंडे दे जोर नाल होर वित्तीय बोझ पा रहीआं हन। उन्हां कहा कि खेत विचों बिना अग लाए पराली दा निबेड़ा करन लई प्रति एकड़ घट्टो घट 7,000 रुपए दा खर्च आउंदा है। इस समय पंजाब दे किसानां दी वित्तीय हालत इन्नी ज्यादा पतली है ਇਨ੍ਹਾਂ ਖਰਚ ਚੁੱਕਣ ਦੇ ਸਮਰੱਥ ਨਹੀਂ। ਇਸ ਲਈ ਜੇਕਰ ਪੰਜਾਬ ਤੇ ਕੇਂਦਰ ਦੀਆਂ ਸਰਕਾਰਾਂ ਵਾਤਾਵਰਣ ਪ੍ਰਤੀ ਸੱਚਮੁੱਚ ਸੁਹਿਰਦ ਹਨ ਤਾਂ ਪ੍ਰਤੀ ਏਕੜ ਉੱਤੇ ਹੋਣ ਵਾਲੇ ਖਰਚ ਦੇ ਹਿਸਾਬ ਨਾਲ ਕਿਸਾਨਾਂ ਨੂੰ ਮੁਆਵਜ਼ਾ ਦੇਣ। ਬਠਿੰਡਾ ਦੀ ਕੇਂਦਰੀ ਜੇਲ੍ਹ ਵਿਚ ਕੈਦ 32 ਸਾਲਾਂ ਹਵਾਲਾਤੀ ਵੱਲੋਂ ਫਾਹਾ ਲੈ ਕੇ ਖੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਏ। ਹਵਾਲਾਤੀ ਦਾ ਨਾਂ ਪੱਪੂ ਸਿੰਘ ਸੀ, ਉਹ ਜੇਲ੍ਹ ਵਿਚ ਨਜਾਇਜ਼ ਸ਼ਰਾਬ ਦੇ ਕੇਸ ਵਿਚ ਬੰਦ ਸੀ। ਪੁਲਿਸ ਮੁਤਾਬਕ ਪੱਪੂ ਨੂੰ 7 ਅਕਤੂਬਰ ਨੂੰ ਨਜਾਇਜ਼ ਸ਼ਰਾਬ ਸਮੇਤ ਗ੍ਰਿਫ਼ਤਾਰ ਕੀਤਾ ਗਿਆ ਸੀ। ਬਠਿੰਡਾ ਦੇ ਪਿੰਡ ਘਾਟਵਾਲੀ ਦੇ ਵਸਨੀਕ ਪੱਪੂ ਸਿੰਘ ਨੇ ਬੀਤੀ ਰਾਤ ਤਕਰੀਬਨ 12:30 ਵਜੇ ਫਾਹਾ ਲਾ ਕੇ ਖੁਦਕੁਸ਼ੀ ਕੀਤੀ। ਮ੍ਰਿਤਕ ਦੇ ਵਾਰਸਾਂ ਨੇ ਖੁਦਕੁਸ਼ੀ ਦੀ ਗੱਲ ਨਾ ਸਵੀਕਾਰ ਕਰਦੇ ਹੋਏ ਮਾਮਲੇ ਦੀ ਜਾਂਚ ਕਰਾਉਣ ਦੀ ਮੰਗ ਕੀਤੀ ਏ। ਵਾਈਨ ਬਣਾਉਣ ਲਈ ਮਸ਼ਹੂਰ ਕੈਲੀਫੋਰਨੀਆ ਸੂਬੇ ਵਿਚ ਭਿਆਨਕ ਅੱਗ ਫੈਲ ਚੁੱਕੀ ਏ। ਤੇਜ਼ ਹਵਾ, ਨਮੀ ਦੀ ਘਾਟ ਤੇ ਗਰਮ ਮੌਸਮ ਕਾਰਨ ਅੱਗ ਤੇਜ਼ੀ ਨਾਲ ਫੈਲ ਰਹੀ ਏ। ਇਸ ਵਿਚ ਘੱਟੋ ਘੱਟ 10 ਮੌਤਾਂ ਹੋ ਚੁੱਕੀਆਂ ਹਨ ਤੇ 2 ਵਿਅਕਤੀ ਗੰਭੀਰ ਜ਼ਖਮੀ ਹੋਏ ਹਨ। ਇਸ ਇਲਾਕੇ ਦੇ ਕਈ ਲੋਕ ਲਾਪਤਾ ਵੀ ਹਨ। ਅੱਗ ਲੱਗਣ ਤੋਂ ਬਾਅਦ ਨਾਪਾ, ਸੋਨੋਮਾ ਤੇ ਯੂਬਾ ਤੋਂ ਕਰੀਬ 20,000 ਲੋਕਾਂ ਨੂੰ ਹਟਾਇਆ ਗਿਆ ਏ। ਇਨ੍ਹਾਂ ਇਲਾਕਿਆਂ ਵਿਚ ਅੰਗੂਰ ਦੀ ਖੇਤੀ ਹੁੰਦੀ ਏ। ਕੈਲੀਫੋਰਨੀਆ ਦੇ ਗਵਰਨਰ ਜੇਰੀ ਬਰੋਨ ਨੇ ਨਾਪਾ, ਸੋਨੋਮਾ ਤੇ ਯੂਬਾ ਵਿਚ ਐਮਰਜੈਂਸੀ ਦਾ ਐਲਾਨ ਕਰ ਦਿੱਤਾ ਏ। ਤੇਜ਼ ਨਾਲ ਹੀ ਅਜੀਤ ਖਬਰਾਂ ਦਾ ਇਹ ਬੁਲੇਟਿਨ ਇੱਥੇ ਹੀ ਖਤਮ ਹੁੰਦਾ ਹੈ। ਨਵੀਆਂ ਅਤੇ ਤਾਜ਼ਾ ਤਰੀਨ ਖਬਰਾਂ ਲੈ ਕੇ ਫਿਰ ਤੋਂ ਹਾਜ਼ਰ ਹੋਵਾਂਗੇ। ਤਦ ਤੱਕ ਲਈ ਦਿਓ ਇਜਾਜ਼ਤ। ਸਤਿ ਸ਼੍ਰੀ ਅਕਾਲ।